पिछले दिनों में केंद्र सरकार के वालों CAA एक्ट पास किया गया जिस में कहा गया है कि पाकिस्तान में घट गिनती के लोग हिंदू सिख पारसी जैन लोग जो हिंदुस्तान के आए हैं तो काफ़ी लंबे समय तो भारत में रह रहे हैं उन्होंने भारतीय नागरिकता दी जाएगी। इस करके जिले के सारे डिप्टी कमिश्नर को अख्तियार दिया है कि इन्होंने लोगों ने कागज देख के नागरिकता दी जाए जिस करके जलंधर के अलग अलग इलाकों के रह रहे काफ़ी लंबे समय तो पाकिस्तान तो आए लोगों ने जलंधर के डिप्टी कमिश्नर के नाल मुलाकात की और मेमोरेंडम दिता कि उन्होंने जल्द तो जल्द नागरिकता दी जाए क्योंकि उन्होंने अपने अपने परिवार की रजिस्ट्रेशन वास्ते काफ़ी पैसे खर्च करने पैंदे ने जिस करके बहुत मुश्किल होंदी है। अज डिप्टी कमिश्नर साहब ने इस करके मंग पत्र दिता क्योंकि सारे अख्तियार उन्होंने कोल ही ने। मेरा नाम फलक राज है जी। ਅਸੀਂ ਡੀ ਸੀ ਸਾਹਿਬ ਕੋਲ ਆਏ ਹਾਂ। ਅਸੀਂ ਬੜੇ ਲੰਬੇ ਸਮੇਂ ਤੋਂ ਮੰਗ ਕਰ ਰਹੇ ਸੀ ਕਿ ਸਾਨੂੰ ਇੰਡੀਆ ਦੀ ਸਿਟੀਜ਼ਨਸ਼ਿਪ ਦਿੱਤੀ ਜਾਵੇ ਅਤੇ ਸਾਡੀ ਸਰਕਾਰ ਨੇ ਸੁਣ ਲਈ ਹੈ ਅਤੇ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਕਿ ਸਾਡੀ ਸਰਕਾਰ ਨੇ ਡੀ ਸੀ ਸਾਹਿਬ ਨੂੰ ਅਥੋਰਟੀ ਦੇ ਦਿੱਤੀ ਕਿ ਡੀ ਸੀ ਸਾਹਿਬ ਆਪਣੇ ਲੈਵਲ 'ਤੇ ਸਾਨੂੰ ਵੈਰੀਫਾਈ ਕਰਕੇ ਅਤੇ ਸਿਟੀਜ਼ਨਸ਼ਿਪ ਦੇ ਸਕਦੇ ਨੇ। ਮੈਂ ਸਰ 98 ਤੋਂ ਇੰਡੀਆ ਵਿੱਚ ਆਇਆ ਸੀ ਅਤੇ ਤਕਰੀਬਨ ਮੈਨੂੰ 22 ਸਾਲ ਹੋ ਗਏ ਨੇ। ਹੋਰ ਮੇਰੇ ਨਾਲ ਕਈ ਪਰਿਵਾਰ ਨੇ ਜਿਹੜੇ 30-40 ਸਾਲ ਤੋਂ ਇੱਥੇ ਰਹਿ ਰਹੇ ਨੇ ਅਤੇ ਸਾਰੇ ਹੀ ਸਿਟੀਜ਼ਨਸ਼ਿਪ ਵਾਸਤੇ ਆਪਣੀ ਪ੍ਰਯਾਸ ਕਰ ਰਹੇ ਨੇ। 22 ਸਾਲਾਂ ਦੇ ਵਿੱਚ ਕਿੰਨੀ ਕਰਨੀ ਪਈ ਪਰੇਸ਼ਾਨੀਆਂ? ਸਾਨੂੰ ਸਰ ਬਹੁਤ ਪਰੇਸ਼ਾਨੀਆਂ ਆਈਆਂ ਨੇ। ਅਸੀਂ ਪਰੇਸ਼ਾਨੀਆਂ ਤਾਂ ਆਪਣੀਆਂ ਨਹੀਂ ਗਿਣਵਾ ਸਕਦੇ। ਪਰਿਵਾਰਿਕ ਪਰੇਸ਼ਾਨੀਆਂ ਆ ਜਾਂਦੀਆਂ ਨੇ। ਹਰ ਸਾਲ ਬਾਅਦ ਸਾਨੂੰ ਇੱਕ ਵੀਜ਼ਾ ਐਕਸਟੈਂਡ ਕਰਾਉਣਾ ਪੈਂਦਾ ਸੀ ਕਿ ਜਿਹਦੇ ਵਾਸਤੇ ਇੱਕ ਮੈਂਬਰ ਦਾ ਖਰਚਾ ਜਿਹੜਾ ਮੇਰੇ ਘਰ ਦੇ 10 ਮੈਂਬਰ ਹੈਗੇ ਨੇ ਆਪਣੀ ਫੈਮਿਲੀ ਦੇ ਅਤੇ ਇੱਕ ਪਰਿਵਾਰ ਦੇ ਇੱਕ ਮੈਂਬਰ ਦਾ ਖਰਚਾ 3-4 ਹਜ਼ਾਰ ਰੁਪਇਆ ਖਰਚਾ ਆ ਜਾਂਦਾ ਸੀ ਵੀਜ਼ਾ ਐਕਸਟੈਂਡ ਕਰਾਉਣ ਦਾ। ਅਤੇ ਤੁਸੀਂ ਆਪ ਹੀ ਸੋਚ ਲਓ 10 ਮੈਂਬਰਾਂ ਦਾ ਕਿੰਨਾ ਹੋ ਜਾਏਗਾ। ਅਤੇ ਕਈ ਪਰਿਵਾਰ ਇਸ ਤੋਂ ਵੱਡੇ ਵੀ ਪਰਿਵਾਰ ਹੈਗੇ ਨੇ ਜਿਨ੍ਹਾਂ ਦੀਆਂ ਫੈਮਿਲੀਆਂ ਦੇ ਮੈਂਬਰ 10-15 ਵੀ ਹੈਗੇ ਨੇ। ਅਤੇ ਇਹੀ ਵੇਖ ਲਓ ਕਿ ਕੰਮ ਛੱਡ ਕੇ ਇੱਧਰ ਹੀ ਮਤਲਬ ਲੱਗੇ ਰਹਿਣਾ ਬੜਾ ਔਖਾ ਸੀ ਸਾਡੇ ਵਾਸਤੇ। ਸਾਥੀਓ, ਸਾਡੇ ਹਿੰਦੂ ਭਰਾ ਫੈਮਿਲੀਆਂ ਜੋ ਪਾਕਿਸਤਾਨ 'ਚ ਰਹਿ ਗਈਆਂ ਹਨ ਉਹ 1975 ਦੇ ਬਾਅਦ ਜਿੰਨੀਆਂ ਵੀ ਇੱਥੇ ਜਲੰਧਰ ਆ ਕੇ ਵਸੀਆਂ ਹਨ ਤਕਰੀਬਨ 150-200 ਪਰਿਵਾਰ ਇੱਥੇ ਆ ਕੇ ਰਹਿ ਰਿਹਾ ਹੈ। ਉਹਨੂੰ ਹਰ 2 ਸਾਲ ਬਾਅਦ ਆਪਣਾ ਵੀਜ਼ਾ ਐਕਸਟੈਂਡ ਕਰਾਉਣਾ ਪੈਂਦਾ ਸੀ ਜਿਹਦੇ ਨਾਲ ਉਹਨਾਂ ਨੂੰ ਬੜੀ ਸਮੱਸਿਆ ਆਉਂਦੀ ਸੀ। ਇਹ ਕੇਂਦਰ ਸਰਕਾਰ ਦੀ ਮੈਂ ਕਹਿ ਸਕਦਾ ਬੜੀ ਉਹਨਾਂ ਦੀ ਮਿਹਰਬਾਨੀ ਜਿਨ੍ਹਾਂ ਨੇ ਇਹਨਾਂ ਲੋਕਾਂ ਦੇ ਇਤਨਾ ਲੰਬਾ ਸਟਰਗਲ ਕਰਨ ਦੇ ਬਾਅਦ ਅੱਜ ਉਹਨਾਂ ਨੂੰ ਉਹਨਾਂ ਮੰਨ ਲਿਆ ਹੈ ਕਿ ਜਿਹੜੇ ਵੀ ਬਾਹਰੋਂ ਲੋਕ ਆਏ ਹਨ ਪਾਕਿਸਤਾਨ 'ਚੋਂ ਆਪਣੇ ਹਿੰਦੂ ਪਰਿਵਾਰ ਉਹਨਾਂ ਨੂੰ ਸ਼੍ਰੀ ਸਾਹਿਬ ਜਲੰਧਰ ਦੇ ਵਿੱਚ ਜਿਹੜਾ ਡੀ ਸੀ ਸਾਹਿਬ ਹਨ ਉਹ ਇਹਨਾਂ ਨੂੰ ਅਥੋਰਾਈਜ਼ ਕੀਤਾ ਹੈ ਕਿ ਉਹਨਾਂ ਨੂੰ ਛੁੱਟੀਆਂ ਦੇ ਸਕਦੇ ਹਨ। ਹੁਣ ਇਹ ਬੜੀ ਵੱਡੀ ਸਮੱਸਿਆ ਜਿਹੜੀ ਬੜੇ ਲੰਬੇ ਸਮੇਂ ਤੋਂ ਚੱਲ ਰਹੀ ਸੀ ਉਹ ਹੱਲ ਹੋਣ ਜਾ ਰਹੀ ਹੈ। ਅਸੀਂ ਪ੍ਰਧਾਨ ਮੰਤਰੀ ਨਰਿੰਦਰ ਭਾਈ ਮੋਦੀ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਾਡੇ ਹਿੰਦੂ ਵੀਰਾਂ ਨੂੰ ਇਸ ਸਮੱਸਿਆ ਦਾ ਹੱਲ ਕੀਤਾ ਹੈ ਕਿਉਂਕਿ ਇਹ ਸਮੱਸਿਆ ਬੜੀ ਗੰਭੀਰ ਸਮੱਸਿਆ ਸੀ ਔਰ ਲਗਾਤਾਰ ਇਹਨਾਂ ਨੂੰ ਸਟਰਗਲ ਕਰਨਾ ਪੈਂਦਾ ਸੀ। ਇਹਨਾਂ ਨੂੰ ਪਤਾ ਨਹੀਂ ਸੀ ਵਿਚਾਰਿਆਂ ਨੂੰ ਕਿ ਅਸੀਂ ਇੱਥੇ ਰਹਿਣਾ ਕਿ ਵਾਪਸ ਚਲੇ ਜਾਣਾ। ਸੋ ਮੈਂ ਇੱਕ ਵਾਰੀ ਫਿਰ ਔਰ ਖਾਸ ਕਰਕੇ ਮੈਂ ਡੀ ਸੀ ਸਾਹਿਬ ਨੂੰ ਪ੍ਰਾਰਥਨਾ ਕਰਨੀ ਸੀ ਸਾਰੇ ਫੈਮਿਲੀ ਆਈਆਂ ਹਨ ਕਿ ਮਿਹਰਬਾਨੀ ਕਰਕੇ ਸਾਡਾ ਜੋ ਰਿਕਾਰਡ ਹੈ ਤੁਸੀਂ ਚੈੱਕ ਕਰਕੇ ਸਾਨੂੰ ਜੋ ਬਣਦੀ ਕਾਰਵਾਈ ਹੈ ਕੀਤੀ ਜਾਵੇ ਔਰ ਸਾਨੂੰ ਆਪਣੇ ਭਾਰਤ ਦੇਸ਼ ਦੀ ਨਾਗਰਿਕਤਾ ਦਿੱਤੀ ਜਾਵੇ ਔਰ ਜਲਦੀ ਜਲਦੀ ਦਿੱਤੀ ਜਾਵੇ ਤਾਂ ਕਿ ਅਸੀਂ ਆਪਣਾ ਜੋ ਬੱਚਿਆਂ ਦਾ ਭਵਿੱਖ ਹੈ ਸੁਧਾਰ ਸਕੀਏ। ਧੰਨਵਾਦ।